ਵੈਲਕਮ ਬੈਕ ਟੂ ਦ ਸਿੰਕ ਅੱਜ ਆਏ ਸੀ ਆਪਾਂ ਗੋਸਟ ਕਿਚਨ ਮਿਸਟਰ ਬੀਸ ਦੇ ਰੈਸਟੋਰੈਂਟ ਕੱਲ ਭਾਂਜੇ ਨਾਲ ਗੱਲ ਹੋਈ ਮੇਰੀ ਭਾਂਜਾ ਕਹਿੰਦਾ ਕਿ ਇੱਥੇ ਮਿਸਟਰ ਬੀਸ ਦਾ ਰੈਸਟੋਰੈਂਟ ਖੁੱਲਿਆ ਤੇ ਉੱਥੇ ਵਲੌਗ ਬਣਾਈਏ ਫਿਰ ਖਾਈਏ ਤੇ ਰਿਵਿਊ ਕਰੀਏ ਤੇ ਬਰਗਰ ਯੈਸ ਇੱਥੇ ਮਤਲਬ ਮਿਸਟਰ ਬੀਸ ਦੀ ਅਫੀਸ਼ੀਅਲ ਲੋਕੇਸ਼ਨ ਕੋਈ ਵੀ ਨਹੀਂ ਹੈਗੀ ਵਰਚੁਅਲ ਰੈਸਟੋਰੈਂਟ ਨੇ ਸਾਰੇ ਜਿੱਦਾਂ ਗੋਸਟ ਕਿਚਨ ਦੇ ਅੰਦਰ ਬਹੁਤ ਸਾਰੇ ਰੈਸਟੋਰੈਂਟ ਨੇ ਉਹਨਾਂ 'ਚੋਂ ਇੱਕ ਆ ਮਿਸਟਰ ਬੀਸ ਬਰਗਰ ਤੇ ਭਾਂਜੇ ਨੇ ਗੱਲ ਕਰ ਕਰਕੇ ਪਰ ਮੁੰਡਾ ਨਵਾਂ ਲੱਗਾ ਸੀ ਉਹ ਕਹਿੰਦਾ ਵੀ ਮੈਨੂੰ ਵੀ ਪਤਾ ਵੀ ਕਿੱਥੋਂ ਆਰਡਰ ਹੁੰਦਾ ਸੋ ਅਜੇ ਪੁੱਛਣ ਗਿਆ ਫਿਰ ਦੇਖਦੇ ਹਾਂ ਅੱਗੋਂ ਮੈਂ ਕਿਹਾ ਔਨਲਾਈਨ ਕਰਨਾ ਪੈਣਾ ਸਾਨੂੰ ਤੇ ਫਿਰ ਆਪਾਂ ਇਹ ਤੋਂ ਬਾਅਦ ਚੱਕਣਾ ਹੀ ਹੈ ਕਿਉਂਕਿ ਆਹ ਜਿੰਨੀ ਕੁ ਲੋਕੇਸ਼ਨ ਇੱਥੇ ਉੱਦਾਂ ਹੀ ਹੈ ਰੈਸਟੋਰੈਂਟ ਦਾ ਐਕਸਪੀਰੀਅੰਸ ਤੇ ਯਾਰ ਜਮਾ ਮਾੜਾ ਸੀ ਜਮਾ ਜਿਹਨੂੰ ਕਹਿੰਦੇ ਆ ਮਤਲਬ ਇਹਨਾਂ ਸਿਸਟਮ ਅਲੱਗ ਆ ਇਨ ਸਟੋਰ ਨਹੀਂ ਆਰਡਰ ਹੁੰਦਾ ਹੁਣ ਭਾਂਜਾ ਲੱਗਾ ਔਨਲਾਈਨ ਆਰਡਰ ਕਰਨ ਪਰ ਉਹਨੇ ਜਦ ਇਹ ਦੋ ਕਰ ਦੀ ਮੇਰੇ ਲਈ ਕਾਲਸ ਵਾਲੇ ਓਕੇ ਚਲੋ ਬੈਗ ਹੀ ਕਰਦੇ ਆ ਹੁਣ ਬੈਗ ਹੀ ਕਰਦੇ ਪਤਾ ਆਰਡਰ ਦਿੱਤਾ ਆਪਾਂ ਕਾਰ ਅੱਜ ਜ਼ੂਮ ਕਰੀ ਮਾੜਾ ਜਿਹਾ ਸਕਰੀਨ ਦਿਖਾ ਦੇ ਹਾਂ ਓਕੇ ਪਹਿਲਾ ਹੈਗਾ ਬੀਸਟ ਸਟਾਈਲ ਬਰਗਰ ਕੋਂਬੋ ਫਿਰ ਅਸੀਂ ਇੱਕ ਕੀਤਾ ਕ੍ਰਿਸ ਸਟਾਈਲ ਚੈਂਡਲਰ ਸਟਾਈਲ ਕਾਰਲ ਸਟਾਈਲ ਇਹ ਜਿਹੜੇ ਬੰਦੇ ਆ ਇਹ ਸਾਰੇ ਇਹਦੇ ਟੀਮ ਦੇ ਹੀ ਬੰਦੇ ਆ ਮਤਲਬ ਜੇ ਤੁਸੀਂ ਉਹਦਾ ਚੈਨਲ ਦੇਖਦੇ ਹੋ ਤੁਹਾਨੂੰ ਪਤਾ ਹੈ ਕੌਣ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਨੰਬਰ 1 ਯੂਟਿਊਬਰ ਨੰਬਰ 1 ਯੂਟਿਊਬਰ ਆ ਯਾ ਤੇ ਇੱਕ ਆਪਾਂ ਐਕਸਟਰਾ ਜਿਹੜਾ ਕੀਤਾ ਉਹ ਹੈ ਨੈਸ਼ਵਿਲ ਹੌਟ ਚਿਕਨ ਟੈਂਡਰ ਸੈਂਡਵਿਚ ਭੁੱਖ ਬੜੀ ਲੱਗੀ ਹੈ ਭੁੱਖ ਲੱਗੀ ਨੇ ਯਾਰ ਇਹ ਤਾਂ ਐਕਸਟਰਾ ਕੀਤਾ ਤੇ ਇਹਨਾਂ ਇਹ ਹੈਗਾ ਮਹਿੰਗਾ ਵੈਸੇ ਤੁਹਾਨੂੰ ਦਿਖਾ ਦਈਏ ਟੋਟਲ ਸਾਡਾ ਬਿੱਲ ਬਣਿਆ ਹੈ $60 ਤੇ 85 ਸੈਂਟ ਤੇ ਆਈਟਮਾਂ ਕੀ ਨੇ ਤਿੰਨ ਚਾਰ ਆਈਟਮਾਂ ਨੇ ਬਸ ਇੱਕ ਕੋਂਬੋ ਆ ਬਾਕੀ ਇਕੱਲੇ ਪਲੇਨ ਬਰਗਰ ਨੇ ਹਾਂਜੀ ਲਿਆ ਹੈ ਆ ਗਿਆ ਜਿਸ ਕਾ ਹਮ ਸਭ ਕੋ ਬੇਸਬਰੀ ਸੇ ਇੰਤਜ਼ਾਰ ਥਾ ਇਹ ਰਹੇ ਮਿਸਟਰ ਬੀਸ ਬਰਗਰ ਪੈਕਿੰਗ ਹੈ ਯਾ ਬੜੀ ਵਿਦ ਦਿਸ ਵੀਡੀਓ ਇਜ਼ ਸਪਾਂਸਰਡ ਬਾਈ ਮਿਸਟਰ ਬੀਸਟ ਨਾਮ ਨਹੀਂ ਲਿਖਿਆ ਨਾ ਉੱਪਰ ਗੁੱਡ ਜੋਕ ਲਿਖਿਆ ਹੋਵੇ ਕਾਲਜ ਸੈਂਡਵਿਚ ਸਭ ਕੁਝ ਲਿਖਿਆ ਉੱਤੇ ਉਹ ਅੱਛਾ ਇਹ ਕਿਹੜਾ ਇਹ ਬੀਸਟ ਹੈ ਬੀਸਟ ਚਲੋ ਆ ਜਾਓ ਆ ਜਾਓ ਬੈਕ ਬੈਕ ਟੂ ਇੰਟੋਵਰ ਲਗਜ਼ਰੀ ਵੈਨਿਟੀ ਵੈਨ ਓਕੇ ਮਿੱਤਰੋ ਸੋ ਦੇਅਰ ਯੂ ਗੋ ਦੇਅਰ ਯੂ ਗੋ ਲਿਖਿਆ ਹੋਇਆ ਉੱਤੇ ਕੀ ਲਿਖਿਆ ਦਿਸ ਇਜ਼ ਚੈਂਡਲਰ ਇਹ ਕ੍ਰਿਸ ਦਾ ਕ੍ਰਿਸ ਭਾਅ ਜੀ ਸਤਿ ਸ਼੍ਰੀ ਅਕਾਲ ਬੀਸਟ ਵਾਲਾ ਇੱਧਰ ਕਰ ਦੋ ਇਹ ਬੀਸਟ ਅੱਛਾ ਤੂੰ ਖਾਏਗਾ ਇਹ ਚਿਕਨ ਹੈ ਹਾਂ ਬੀਸਟ ਉਹ ਕਾਲਜ ਵਾਲਾ ਚਲੋ ਵੀ ਬਰਗਰ ਤੰਗ ਹੀ ਹੋ ਗਈ ਬੀਸਟ ਦਾ ਸਮੈਲ ਤਾਂ ਠੀਕ ਆ ਤੁਸੀਂ ਕਾਚਪ ਪੂਜਾ ਵੀ ਨਹੀਂ ਲਿੱਤੀ ਮੁੰਡਿਆਂ ਨੇ ਦਿੱਤੀ ਨਹੀਂ ਉਹਨਾਂ ਨੇ ਕਾਚਪ ਕੰਫਰਟ ਹੋ ਜਾ ਯਾਰ ਉਹ ਬੱਲੇ ਇਹਨਾਂ ਦੋਵਾਂ ਪਾਸੇ ਰੋਸਟ ਕਰਕੇ ਦਿੱਤਾ ਬਰਗਰ ਉਹ ਦਿਖਾ ਤਾਂ ਦੇ ਇਹ ਕਿਹੜਾ ਬੀਸਟ ਬੀਸਟ ਟਰਾਈ ਕਰ ਲੱਗਾ ਮੂੰਹ ਚੰਗਾ ਭਰ ਲਿਆ ਇਹਦਾ ਟੇਸਟ ਮੈਕਡੋਨਲਡਸ ਨਾਲੋਂ ਵਧੀਆ ਅੱਛਾ ਵਧੀਆ ਵਾਹ ਮਿਸਟਰ ਬੀਸਟ ਗੁੱਡ ਵਰਕ ਬੀਸਟ ਗਾਰਡ 7 ਪੁਆਇੰਟਸ ਓ ਵਾਓ ਲੈਟਸ ਟ੍ਰਾਈ ਕ੍ਰਿਸ ਮੈਨੂੰ ਤਾਂ ਜਾਤੂ ਹੀ ਮਾੜਾ ਹੈ ਕ੍ਰਿਸ ਚੱਲ ਰਾਇਣ ਤੂੰ ਕਿਹੜਾ ਫੜਿਆ ਨੈਸ਼ਵਿਲ ਬ੍ਰੋ ਚਿਕਨ ਸੈਂਡਵਿਚ ਹੈ ਨਾਰਮਲ ਚੱਲ ਅਸ਼ਵੀਨ ਨੈਸ਼ਵਿਲ ਨਾਮ ਤਾਂ ਹੀ ਨਾਮ ਤਾਂ ਸੁਣਿਆ ਹੀ ਹੋਗਾ ਕੀ ਆ ਰਿਹਾ ਚਿਕਨ ਇਹਦੇ ਚ ਪੈਟੀ ਕਿਹੜੀ ਆ ਜੀ ਟਿੱਕੀ ਜੀ ਇਚ ਇਚ ਬੀਫ ਵਾਲੀ ਆ ਵਾਓ ਇੰਡੀਆ ਚ ਤਾਂ ਚੱਲਣਾ ਹੋ ਫਿਰ ਇਸ ਹਿਸਾਬ ਨਾਲ ਇੰਡੀਆ ਚ ਤਾਂ ਵਗੈਰਾ ਨਹੀਂ ਹੈਗੇ ਚੱਲ ਕੋਈ ਨਹੀਂ ਚਿਕਨ ਸਟ੍ਰਿਪਸ ਹੀ ਆ ਠੀਕ ਆ ਠੀਕ ਆ ਠੀਕ ਹੀ ਆ ਚਿਕਨ ਸਟ੍ਰਿਪਸ ਹੀ ਆ ਨਾ ਮੈਕਡੋਨਲਡਸ ਦੇ ਮੁਕਾਬਲੇ ਹਾਂ ਕ੍ਰਿਸ ਤਾਂ ਬੋਕਾ ਜਿਹਾ ਆ ਜਾਵਾਂ ਨਵਾਂ ਬੋਕਾ ਕ੍ਰਿਸ ਦਾ ਟੇਸਟ ਨਹੀਂ ਅੱਛਾ ਜਿੱਦਾਂ ਬੀਸਟ ਵਾਲੇ ਜੇ ਸਭ ਕੁਝ ਐਡ ਆ ਚਿਕਨ ਵੀ ਪਾਏ ਆ ਮੈਂ ਚੀਜ਼ ਵੀ ਡਬਲ ਪਾਈ 1 ਆਊਟ ਆਫ 10 ਮੈਂ ਦਵਾਂਗਾ ਇਹਨੂੰ ਅੱਛਾ ਇੱਕ ਨੰਬਰ ਦਿਖਾਈ ਮੈਨੂੰ ਟੇਸਟ ਕਰਾਈ ਆ ਫੜ ਕੈਮਰਾ ਓਏ ਡਿਸਕ੍ਰਿਪਸ਼ਨ ਤੇ ਪਿਕਲਸ ਦੇਖੇ ਪਰ ਪਿਕਲਸ ਤੇ ਪਾਇਆ ਨਹੀਂ ਹੈਗੇ
ਨੈਸ਼ਵਿਲ ਚ ਦੋ ਕ ਨੰਬਰ ਦਵਾਂਗਾ ਕਿਉਂਕਿ ਫੂਡ ਆ ਇਹ ਬਾ ਹੋਰ ਕੁਝ ਨਹੀਂ ਟੇਸਟ ਹੈ ਨਹੀਂ ਹੈਗਾ ਇਹ ਪਿਕਲ ਦਿਖੇ ਪਰ ਪਿਕਲ ਪਾਏ ਨਹੀਂ ਹੈਗੇ ਯਾਰ ਮੈਂ ਮੈਨੂੰ ਕਰਤਾ ਦੇ ਤੂੰ ਕਰ ਲੈ ਟਰਾਈ ਕ੍ਰਿਸਟਲ ਆ ਨਾ ਵਾਕਈ ਇੱਕ ਨੰਬਰ ਬੇਕਨ ਮੇਰੇ ਆਇਆ ਨੀ ਬੇਕਨ ਆਇਆ ਨੀ ਦੰਦਾਂ ਚ ਰਾਜਨ ਰਾਜਨ ਤੂੰ ਮੈਨੂੰ ਟਰਾਈ ਕਰਾ ਮਾੜਾ ਜਾ ਹੋਰ ਕੀ ਆ ਲੈਮੀ ਟਰਾਈ ਦਿਸ ਚਾਰ ਕੀ ਆ ਯਾਰ ਕਿਉਂਕਿ ਪਿਕਲ ਕਹਿ ਕੇ ਪਿਕਲ ਵੀ ਨਹੀਂ ਪਾਏ ਗਏ ਤੇ ਸਟ੍ਰਿਪਸ ਸਿੱਧੀਆਂ ਪਾਈਆਂ ਗਈਆਂ ਸਟ੍ਰਿਪਸ ਕਿਹੜੀਆਂ ਜਿਹੜੇ ਨੋਰਮਲ ਚਿਕਨ ਸਟ੍ਰਿਪਸ ਆ ਯਾਰ KFC ਦਾ ਬਰਗਰ ਇਹਦੇ ਅੱਗੇ ਮਤਲਬ ਬਹੁਤ ਅੱਗੇ ਆ ਇਹ ਤਾਂ ਕੁਛ ਵੀ ਨਹੀਂ ਯਾਰ ਇਹ ਕਿੰਨਾ ਦੀ ਯਾਰ ਪਤਾ ਕੀ ਚੱਕਰ ਆ ਇਹਨਾਂ ਸਾਰੇ ਬਰਗਰਸ ਦੀ ਨਾ ਕੋਈ ਪ੍ਰੈਜੈਂਟੇਸ਼ਨ ਵੀ ਕੋਈ ਵਧੀਆ ਨਹੀਂ ਆ ਬਰਗਰ ਦੀ ਬੀਸਟ ਆਲਾ ਆਪਣਾ ਘੈਂਟ ਚੈਂਡਲਰ ਚ ਤਾਂ ਹੈ ਹੀ ਕੁਛ ਨੀ ਬਿਲ ਲੱਗਦਾ ਚੀਜ਼ ਹੈ ਨਾ ਸਿਰਫ ਚੀਜ਼ ਸਲਾਈਸ ਇਹ ਫਲੇਵਰ ਹੈਗਾ ਮਿਸਟਰ ਬੀਸਟ ਵਾਲੇ ਇਹ ਫਲੇਵਰ ਹੈਗਾ ਕ੍ਰਿਸ ਵਾਲਾ ਜਮਾਂ ਡੱਲ ਫਲੇਵਰ ਹੀ ਹੈ ਨਹੀਂ ਇਹ ਸੋ ਫਾਰ ਬੀਸਟ ਉੱਪਰ ਆ ਸਭ ਤੋਂ ਫਿਰ ਇਹ ਆਉਂਦਾ ਇਹ ਸਭ ਤੋਂ ਕਰਾਪ ਸੀ ਜਿਹੜਾ ਕ੍ਰਿਸ ਦਾ ਹੈ ਨੰਬਰ ਦੇ ਸਕਦਾ ਕ੍ਰਿਸ ਕਰੈਪ ਆ ਕ੍ਰਿਸ ਕਰੈਪ ਕ੍ਰਿਸ ਕਰੈਪ ਕਿਹਦੇ ਨੰਬਰ ਦੇ ਸਕਦਾ ਅਮਨ ਬਰਗਰ ਦੇ ਵਿੱਚ ਪੈਟੀ ਦੇ ਨਾਲ ਸਲਾਈਸਿਸ ਪਰ ਉਹਨਾਂ ਨੇ ਗਲਤ ਤਾਂ ਨਹੀਂ ਲਿਖਤਾ ਉਹ ਵੀ ਕੀਤਾ ਕਿਸੇ ਨੇ ਕਿਉਂ ਚੈਂਡਲਰ ਚ ਫਰਾਈਆਂ ਨੇ ਇਹ ਚ ਤਾਂ ਫਰਾਈਜ਼ ਨਹੀਂ ਆਈਆਂ ਚੈਂਡਲਰ ਚ ਫਰਾਈਜ਼ ਨਹੀਂ ਸੀ ਕਿਵੇਂ ਆ ਚੈਂਡਲਰ ਕਿਵੇਂ ਆ ਚੈਂਡਲਰ ਤਾਂ ਦਿਸ ਸੇਮ ਹੀ ਸੇਮ ਮਤਲਬ ਉਹ ਜ਼ੀਰੋ ਟੇਸਟ ਇਹ ਤੇ ਬੇਕਨ ਨਹੀਂ ਹੋਣਾ ਇਹ ਤੇ ਬੇਕਨ ਦੀਗਾ ਚੱਕਰ ਬੇਕਨ ਹੈਗਾ ਇਹ ਚ ਟੇਸਟਲੈਸ ਆ ਚੱਕਰ ਹੀ ਬੇਕਨ ਹੈਗਾ ਇਹ ਚ ਹਾਂਜੀ ਮੈਂ ਜੋ ਤੇ ਬੇਕਨ ਪਾਇਆ ਗੱਤੇ ਗੱਤੇ ਜੇ ਵਾਂਗੂ ਲੱਗਦਾ ਨਾ ਟੇਸਟਲੈਸ ਆ ਇਹ ਵੀ ਕ੍ਰਿਸ ਵਾਲੇ ਵਾਂਗੂ ਹੀ ਆ ਵੈਸੇ ਨੇ ਇੰਨਾ ਕੁ ਉਹ ਕੈਚਅਪ ਦਿਮਾਗ ਦਿਮਾਗ 'ਚ ਰੱਖਣਾ ਚਾਹੀਦਾ ਕਿ ਗੋਰੇ ਕਿੰਨਾ ਕੁ ਖਾਂਦੇ ਆ ਕਿਤੇ ਮਸਾਲਾ ਮਸੂਲਾ ਆਪਾਂ ਪਰ ਫਿਰ ਵੀ ਆਪਾਂ ਮੈਕਡੋਨਲਡਸ ਨਾਲ ਕੰਪੇਅਰ ਕਰਦੇ ਪਿਆ ਨਾ ਨੋਰਮਲੀ ਮੈਕਡੋਨਲਡਸ ਦਾ ਰਿਪਓਫ ਹੀ ਆ ਯਾਰ ਉਹ ਜਿਹੜੇ ਸੇਮ ਹੀ ਬਰਗਰ ਹੁੰਦੇ ਉਹਨਾਂ ਦੇ ਡਬਲ ਚੀਜ਼ ਬਰਗਰ ਕੁਆਟਰ ਪਾਉਂਡ ਸੇਮ ਬਰਗਰ ਤੇ ਡਬਲ ਨੂੰ ਹੀ ਆ ਉਹ ਡਬਲ ਚੀਜ਼ ਦਿੱਤੇ ਹੀ ਇਹਨੇ ਹਨਾ ਗ੍ਰਿਲ ਚੀਜ਼ ਬੰਨ ਦੇ ਵਿੱਚ ਚੀਜ਼ ਇਹ ਉਹਨਾਂ ਦੀ ਉਹ ਸੀ ਉਹ ਦੇਖੀ ਬੰਨ ਟੋਸਟ ਕੀਤੀ ਇਹਨਾਂ ਨੇ ਅੰਦਰੋਂ ਨਾ ਯਾਰ ਜਮਾ ਕਰਦੀ ਯਾਰ ਇਹ ਚੀਜ਼ ਵੀ ਨੀ ਮੈਲਟ ਕੀਤੀ ਇਹ ਨੋਰਮਲ ਚੈਡਰ ਖਾਲਾ ਬ੍ਰੈਡ ਚ ਪਾ ਗਏ ਉਹੀ ਗੱਲ ਇਹ ਵਰਸਟ ਆ ਸਭ ਤੋਂ
ਵਸਟ ਇਹ ਤਾਂ ਮੈਂ ਟ੍ਰਾਈ ਵੀ ਨਹੀਂ ਕਰਨਾ ਚਾਹੁੰਦਾ ਇਹ ਕਿਹੜਾ ਗ੍ਰਿਲਡ ਚੀਜ਼ ਫਰਾਈਆਂ ਤੋਂ ਵੀ ਬੜਾ ਤੂੰ ਥੱਲੇ ਮੇਰੇ ਤਾਲੂਏ ਨਾਲ ਲੱਗ ਗਿਆ ਚੀਜ਼ ਸਾਰਾ ਨਹੀਂ ਆ ਜੀ ਮੈਂ ਇਹਦੇ ਚ ਥੋੜਾ ਫਲੇਵਰ ਐਡ ਕਰਨਾ ਚਾਹੁੰਦਾ ਮੈਂ ਵੀ ਇਦਾਂ ਹੀ ਖਾਣ ਡਿਆ ਸੀ ਮੈਂ ਥੋੜੇ ਫਰਾਈਜ਼ ਐਡ ਕਰਨਾ ਚਾਹੁੰਦਾ ਲੱਕੀ ਹਾਊਸ ਕੀ ਬਦਲਾ ਮੂਡ ਬਦਲ ਜੀ ਚੀਜ਼ ਵਧੀਆ ਚੈਡਰ ਚੀਜ਼ ਵਧੀਆ ਬਸ ਇਹ ਚੈਲੰਜ ਹੀ ਇਹ ਖਾਣਾ $60 $60 ਨਹੀਂ ਬੰਦੇ ਦੇ ਚਲੋ ਐਂਡ ਹਾਉ ਓਵਰਆਲ ਐਕਸਪੀਰੀਅੰਸ ਨਾਟ ਗੁੱਡ ਮੈਂ ਦੁਬਾਰਾ ਨਹੀਂ ਖਾਵਾਂਗਾ ਕਿੰਨੇ ਨੰਬਰ ਦੇਣਾ ਚਾਹਵੇਂਗਾ ਤੂੰ ਜਿਹੜਾ ਬਰਗਰ ਕਿਹਦਾ ਖਾਦਾ ਮੈਂ ਸਾਰੇ ਟ੍ਰਾਈ ਕੀਤੇ ਥੋੜੇ ਥੋੜੇ ਪਰ ਸਭ ਤੋਂ ਉੱਤੇ ਬੀਸਟ ਫਿਰ ਆਏਗਾ ਉਹ ਜਿਹੜਾ ਨੈਸ਼ਵਿਲ ਸੈਂਡਵਿਚ ਚਿਕਨ ਨੈਸ਼ਵਿਲ ਫਿਰ ਉਸ ਤੋਂ ਬਾਅਦ ਸਾਰੇ ਇੱਕੋ ਜਿਹੇ ਸੀ ਯਾਰ ਕੋਈ ਸਵਾਦ ਹੀ ਨਹੀਂ ਸੀ ਚੀਜ਼ ਵਾਲਾ ਕਿੱਦਾਂ ਰੇਟ ਕਰੇ ਚੀਜ਼ ਵਾਲਾ ਤੇ ਚੀਜ਼ ਵਾਲੇ ਨਾ ਇੱਦਾਂ ਕਿ ਇੱਕ ਥੋੜਾ ਜਿਹਾ ਬਰਗਰ ਖਾ ਲਓ ਨਾਲ ਡਰਿੰਕ ਪੀ ਲਓ ਥੋੜਾ ਬਰਗਰ ਖਾ ਲਓ ਡਰਿੰਕ ਪੀ ਲਓ ਜੁੜ ਜੇ ਉਹ ਧੱਕਾ ਮੇਰੇ ਵੱਲੋਂ ਫੂਡ ਤਾਂ ਠੀਕ ਠਾਕ ਆ ਪਰ ਇੱਕ ਵਾਰ ਤੁਸੀਂ ਆਪ ਵੀ ਜਾ ਕੇ ਟਰਾਈ ਕਰੋ ਟੇਸਟ ਇਸ ਦਾ ਫਰਕ ਹੁੰਦਾ ਨਾਲੇ ਮਿਸਟਰ ਬੀਸਟ ਆ ਇੱਕ ਵਾਰ ਤਾਂ ਟਰਾਈ ਕਰਨਾ ਚਾਹੀਦਾ ਟਰਾਈ ਤਾਂ ਵੈਸੇ ਮੈਂ ਵੀ ਸਾਰੇ ਕਰ ਲਏ ਪਰ ਓਵਰਆਲ ਸਾਰਿਆਂ 'ਚੋਂ ਮਿਸਟਰ ਬੀਸਟ ਹੀ ਗਿਆ ਉੱਤੇ ਸਭ ਤੋਂ ਟੋਪ 'ਤੇ ਬਾਕੀ ਜਿਹੜਾ ਕ੍ਰਿਸ ਕਾਰਲਸ ਐਂਡ ਦੂਜਾ ਕਿਹੜਾ ਸੀ ਇੱਕ ਹੋਰ ਚੈਂਡਲਰ ਉਹ ਸਾਰੇ ਥੱਲੇ ਹੀ ਨੈਸ਼ਵਿਲ ਵਾਲਾ ਕਿੱਦਾਂ ਤੂੰ ਕਿਹੜਾ ਕੀਤਾ ਮੈਂ ਅੱਜ ਕੱਲ੍ਹ ਨੈਸ਼ਵਿਲ ਹੀ ਟਰਾਈ ਕੀਤਾ ਜਾਂ ਮਿਸਟਰ ਬੀਸਟ ਥੋੜ੍ਹਾ ਜਿਹਾ ਟਰਾਈ ਕੀਤਾ ਜੀ ਮਿਸਟਰ ਬੀਸਟ ਠੀਕ ਸੀ ਅਤੇ ਫਿਰ ਨੈਸ਼ਵਿਲ ਹੀ ਬਾਕੀ ਤਾਂ ਮੈਂ ਦੇਖ ਕੇ ਨਾ ਕਰਦੀ ਸੀ ਅਤੇ ਚੀਜ਼ ਲਾ ਤਾਂ ਯਾਰ ਦੇਖਣ 'ਚ ਐਂ ਲੱਗਦਾ ਸੀ ਕਿ ਜਿਵੇਂ ਉਹ ਧੱਕੇ ਨੇ ਬਣਾਇਆ ਗਿਆ ਗਿਆ ਫਟ ਚੀਜ਼ ਦਾ ਬ੍ਰੈਡ 'ਤੇ ਲੈ ਜਾਓ ਖਾ ਲਓ ਚਲੋ ਓਕੇ ਓਵਰਆਲ ਓਵਰਆਲ ਠੀਕ ਸੀਗਾ ਨਹੀਂ ਯਾਰ ਠੀਕ ਠਾਕ ਹੀ ਸੀ ਵੈਲਿਊ ਫੋਰ ਮਨੀ ਨਹੀਂ ਸੀ ਆਪਾਂ ਘੱਟ ਪਾਵਾਂ ਠੀਕ ਆ ਓਵਰਆਲ ਸਾਡੀ ਵੀਡੀਓ ਬਣਾਉਣ ਤੇ ਜ਼ਿਆਦਾ ਮਿਹਨਤ ਲੱਗੀ ਆ ਲਾਈਕ ਸ਼ੇਅਰ ਸਬਸਕ੍ਰਾਈਬ ਹਾਂਜੀ ਕਮੈਂਟ ਤੇ ਕਮੈਂਟ ਜ਼ਰੂਰ ਕਰਿਓ ਤੇ ਇੱਦਾਂ ਹੀ ਸਪੋਰਟ ਕਰਦੇ ਰਹੋ ਆਉਣ ਵਾਲੀਆਂ ਵੀਡੀਓ ਨੂੰ ਥੈਂਕ ਯੂ